ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ ਚੈਨਲ ਅਗਜ਼ਾਮ ਸਟੱਡੀ ਦੇ ਵਿੱਚ ਮਹਿੰਦਰ ਅੱਜ ਦਾ ਜਿਹੜਾ ਆਪਣਾ ਟਾਪਿਕ ਹੋਇਆ ਹੈ ਰਾਸ਼ਟਰਪਤੀ ਅੱਜ ਆਪਾਂ ਭਾਰਤ ਦੇ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਇਹ ਜਾਣਕਾਰੀ ਤੁਹਾਡੇ ਪੇਪਰ ਦੇ ਪੁਆਇੰਟ ਆਫ 뷰 ਤੋਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਦੇ ਨਾਲ ਦੇਖਣਾ ਜੀ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂਗੇ ਵੀ ਵਰਤਮਾਨ ਸਮੇਂ ਦੇ ਵਿੱਚ ਭਾਰਤ ਦਾ ਰਾਸ਼ਟਰਪਤੀ ਕੌਣ ਹੈ ਵਰਤਮਾਨ ਸਮੇਂ ਦੇ ਵਿੱਚ ਰਾਮਨਾਥ ਕੋਵਿੰਦ ਜੀ ਭਾਰਤ ਦੇ ਰਾਸ਼ਟਰਪਤੀ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਹਨ। ਰਾਮਨਾਥ ਕੋਵਿੰਦ ਜੀ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ 25 ਜੁਲਾਈ 2017 ਨੂੰ ਚੁੱਕੀ ਸੀ। ਹੁਣ ਇੱਥੇ ਪ੍ਰਸ਼ਨ ਇਹ ਬਣਦਾ ਵੀ ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ ਹੈ? ਤਾਂ ਇਸ ਦਾ ਅਨਸਰ ਇਹ ਹੈ ਵੀ ਰਾਸ਼ਟਰਪਤੀ ਨੂੰ ਸਹੁੰ ਆ ਜਿਹੜੀ ਉਹ ਚੀਫ ਜਸਟਿਸ ਯਾਨੀ ਕਿ ਸੁਪਰੀਮ ਕੋਰਟ ਦਾ ਜਿਹੜਾ ਮੁੱਖ ਜੱਜ ਆ ਉਹ ਰਾਸ਼ਟਰਪਤੀ ਨੂੰ ਸੌਂ ਚੁਕਾਉਂਦਾ ਹੈ। ਵਰਤਮਾਨ ਸਮੇਂ ਵਿੱਚ ਭਾਰਤ ਦਾ ਚੀਫ ਜਸਟਿਸ ਕੌਣ ਹੈ? ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਇਹ ਹੈ ਵੀ ਅਰਵਿੰਦ ਬੋਗੜੇ ਜੀ ਨੇ ਜਿਹੜੇ ਭਾਰਤ ਦੇ ਚੀਫ ਜਸਟਿਸ ਹਨ। ਰਾਸ਼ਟਰਪਤੀ ਬਣਨ ਲਈ ਘੱਟੋ-ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? ਤਾਂ ਰਾਸ਼ਟਰਪਤੀ ਬਣਨ ਦੇ ਲਈ ਘੱਟੋ-ਘੱਟ ਉਮਰ ਆ ਜਿਹੜੀ ਉਹ 35 ਸਾਲ ਹੋਣੀ ਚਾਹੀਦੀ ਹੈ। ਭਾਰਤੀ ਸੰਵਿਧਾਨ ਵਿੱਚ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਆਰਟੀਕਲ ਕਿਹੜੇ ਹਨ ਤਾਂ ਭਾਰਤੀ ਸੰਵਿਧਾਨ ਦੇ ਵਿੱਚ ਆਰਟੀਕਲ ਨੰਬਰ 52 ਤੋਂ ਲੈ ਕੇ 66 ਤੱਕ ਦੇ ਜਿਹੜੇ ਆਰਟੀਕਲ ਨੇ ਉਹ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਆਰਟੀਕਲ ਹਨ ਮਹਾਵਿਯੋਗ ਨਾਲ ਸੰਬੰਧਿਤ ਆਰਟੀਕਲ ਕਿਹੜਾ ਹੈ ਤਾਂ ਮਹਾਵਿਯੋਗ ਦੇ ਨਾਲ ਸੰਬੰਧਿਤ ਆਰਟੀਕਲ ਨੰਬਰ 61 ਹੈ ਕਿਸ ਆਰਟੀਕਲ ਵਿੱਚ ਲਿਖਿਆ ਹੈ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ ਤਾ ਆਰਟੀਕਲ ਨੰਬਰ 52 ਦੇ ਵਿੱਚ ਲਿਖਿਆ ਗਿਆ ਹੈ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ। ਭਾਰਤ ਦੇ ਰਾਸ਼ਟਰਪਤੀ ਦੀ ਚੋਣ ਕਿਵੇਂ ਹੁੰਦੀ ਹੈ? ਸੰਸਦ ਦੇ ਦੋਨੋਂ ਸਦਨਾਂ ਦੁਆਰਾ ਜਿਸ ਦੇ ਵਿੱਚ ਕੀ ਲੋਕ ਸਭਾ ਤੇ ਰਾਜ ਸਭਾ ਆ ਜਾਂਦੇ ਨੇ ਲੋਕ ਸਭਾ ਤੇ ਰਾਜ ਸਭਾ ਦੇ ਜਿਹੜੇ ਮੈਂਬਰ ਨੇਗੇ ਉਹ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਕਰਦੇ ਹਨ। ਹੁਣ ਗੱਲ ਕਰਦੇ ਹਾਂਗੇ ਰਾਸ਼ਟਰਪਤੀ ਦੁਆਰਾ ਕੀਤੀਆਂ ਜਾਂਦੀਆਂ ਨਿਯੁਕਤੀਆਂ ਦੇ ਬਾਰੇ। ਸਭ ਤੋਂ ਪਹਿਲੇ ਨੰਬਰ ਤੇ ਗੱਲ ਕਰਦੇ ਹਾਂਗੇ ਵਿੱਤਯੋਗ ਵਿੱਤਯੋਗ ਦੀ ਜਿਹੜੀ ਨਿਯੁਕਤੀ ਆ ਉਹ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਨੰਬਰ 2 ਤੇ ਗੱਲ ਕਰਦੇ ਹਾਂਗੇ ਰਾਜਪਾਲ ਦੀ ਨਿਯੁਕਤੀ ਰਾਜ ਦੇ ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਹੀ ਕੀਤੀ ਜਾਂਦੀ ਹੈ ਨੰਬਰ 3 ਤੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਮੁੱਖ ਜੱਜਾਂ ਦੀ ਜਿਹੜੀ ਨਿਯੁਕਤੀ ਆ ਉਹ ਵੀ ਰਾਸ਼ਟਰਪਤੀ ਦੁਆਰਾ ਹੀ ਕੀਤੀ ਜਾਂਦੀ ਹੈ ਨੰਬਰ 4 ਤੇ ਮੰਤਰੀ ਪਰਿਸ਼ਦ ਦਾ ਗਠਨ ਪ੍ਰਧਾਨ ਮੰਤਰੀ ਆ ਜਿਹੜਾ ਮੰਤਰੀ ਪ੍ਰਸ਼ਦ ਦਾ ਗਠਨ ਆਗਾ ਉਹ ਰਾਸ਼ਟਰਪਤੀ ਦੀ ਸਲਾਹ ਦੇ ਅਨੁਸਾਰ ਹੀ ਕਰਦਾ ਹੈ। ਅੱਗੇ ਭਾਰਤ ਦਾ ਜਿਹੜਾ ਰਾਸ਼ਟਰਪਤੀ ਜੋ ਦੋ ਵਾਰ ਰਾਸ਼ਟਰਪਤੀ ਦੇ ਅਹੁਦੇ ਤੇ ਰਿਹਾ। ਕਿਹੜਾ ਜਿਹੜਾ ਰਾਸ਼ਟਰਪਤੀ ਸੀ ਜਿਹੜਾ ਦੋ ਗੇਰ ਰਾਸ਼ਟਰਪਤੀ ਅਹੁਦੇ ਤੇ ਰਿਹਾ ਤੋ ਸੀਗੇ ਜੀ ਡਾਕਟਰ ਰਜਿੰਦਰ ਪ੍ਰਸਾਦ। ਡਾਕਟਰ ਰਜਿੰਦਰ ਪ੍ਰਸਾਦ ਨੂੰ ਭਾਰਤ ਰਤਨ ਕਦੋਂ ਦਿੱਤਾ ਗਿਆ ਸੀ? ਤਾਂ ਸਾਲ 1992 ਦੇ ਵਿੱਚ ਡਾਕਟਰ ਰਜੇਂਦਰ ਪ੍ਰਸਾਦ ਨੂੰ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਡਾਕਟਰ ਰਜੇਂਦਰ ਪ੍ਰਸਾਦ ਦਾ ਸਬੰਧ ਭਾਰਤ ਦੇ ਕਿਸ ਰਾਜ ਦੇ ਨਾਲ ਹੈ ਤਾਂ ਡਾਕਟਰ ਰਜੇਂਦਰ ਪ੍ਰਸਾਦ ਦਾ ਸਬੰਧ ਹੈ ਜਿਹੜਾ ਉਹ ਵਿਹਾਰ ਰਾਜ ਦੇ ਨਾਲ ਹੈ ਦੇਸ਼ ਦੀਆਂ ਸੈਨਾਵਾਂ ਦਾ ਸਰਵੋੱਚ ਕਮਾਂਡਰ ਕੌਣ ਹੁੰਦਾ ਹੈ ਤਾਂ ਉਹ ਹੁੰਦਾ ਹੈ ਜੀ ਰਾਸ਼ਟਰਪਤੀ ਹੁਣ ਗੱਲ ਕਰਦੇ ਹਾਂਗੇ ਚੀਫ ਆਫ ਦੀ ਆਰਮੀ ਸਟਾਫ ਦੀ ਵਰਤਮਾਨ ਸਮੇਂ ਦੇ ਵਿੱਚ ਚੀਫ ਆਫ ਦੀ ਆਰਮੀ ਸਟਾਫ ਮੁਖੰਡ ਨਰਵੜੇ ਜੀ ਹਨ ਚੀਫ ਆਫ ਦੀ ਇੰਡੀਅਨ 에ਅਰ ਫੋਰਸ ਤਾਂ ਚੀਫ ਆਫ ਦੀ ਇੰਡੀਅਨ 에ਅਰ ਫੋਰਸ ਨੇਗੇ ਰਕੇਸ਼ ਕੁਮਾਰ ਸਿੰਘ ਭਦੌਰੀਆ ਚੀਫ ਆਫ ਦੀ ਇੰਡੀਅਨ ਨੇਵੀ ਤਾਂ ਉਹ ਹਨ ਜੀ ਕਰਮਵੀਰ ਸਿੰਘ ਜਿਹੜੇ ਕੀ 24ਵੇਂ ਚੀਫ ਆਫ ਕਮਾਂਡਰ ਨੇਗੇ ਨੇਵੀ ਦੇ ਅੱਗੇ ਪ੍ਰਸ਼ਨ ਇਹ ਹੈ ਵੀ ਰਾਸ਼ਟਰਪਤੀ ਕਿੰਨੇ ਪ੍ਰਕਾਰ ਦੀ ਐਮਰਜੈਂਸੀ ਲਗਾ ਸਕਦਾ ਹੈ ਤਾਂ ਜਿਹੜਾ ਰਾਸ਼ਟਰਪਤੀ ਆ ਉਹ ਤਿੰਨ ਪ੍ਰਕਾਰ ਦੀ ਐਮਰਜੈਂਸੀ ਹੈਗੀ ਜਿਹੜੀ ਉਹ ਲਗਾ ਸਕਦਾ ਵਾ ਨੰਬਰ 1 ਤੇ ਆ ਜਾਂਦਾ ਵਾ ਜੀ ਵਿੱਤੀ ਐਮਰਜੈਂਸੀ ਜਿਹੜੀ ਕਿ ਆਰਟੀਕਲ ਨੰਬਰ 360 ਦੇ ਅੰਦਰ ਆਉਂਦੀ ਹੈ ਨੰਬਰ 2 ਤੇ ਰਾਸ਼ਟਰੀ ਐਮਰਜੈਂਸੀ ਜਿਹੜੀ ਕਿ ਆਰਟੀਕਲ ਨੰਬਰ 352 ਦੇ ਅੰਦਰ ਆਉਂਦੀ ਹੈ ਨੰਬਰ 3 ਤੇ ਰਾਸ਼ਟਰਪਤੀ ਸ਼ਾਸਨ ਜਿਹੜਾ ਕਿ ਆਰਟੀਕਲ ਨੰਬਰ 356 ਦੇ ਅੰਦਰ ਆਉਂਦਾ ਹੈ ਭਾਰਤ ਵਿੱਚ ਰਾਸ਼ਟਰਪਤੀ ਨੇ ਹੁਣ ਤੱਕ ਕਿੰਨੀ ਵਾਰ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ ਤਾਂ ਇਸਦਾ ਆਨਸਰ ਹੈ ਜੀ 3 ਵਾਰ ਹੁਣ ਤੱਕ ਰਾਸ਼ਟਰਪਤੀ ਨੇ 3 ਵਾਰ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ ਸਭ ਤੋਂ ਪਹਿਲੀ ਦੀ ਗੱਲ ਕਰਦੇ ਹਾਂਗੇ ਤਾਂ ਪਹਿਲੀ ਹੋਈ ਹੈਗੀ ਜਿਹੜੀ 1962 ਦੇ ਵਿੱਚ ਭਾਰਤ-ਚੀਨ ਜੰਗ ਦੇ ਸਮੇਂ ਜਿਹੜੀ ਪਹਿਲੀ ਐਮਰਜੈਂਸੀ ਲਾਗੂ ਹੋਈ ਸੀ ਗੱਲ ਕਰਦੇ ਹਾਂਗੇ ਨੰਬਰ 2 ਤੇ ਤਾਂ ਜਿਹੜੀ ਦੂਜੀ ਐਮਰਜੈਂਸੀ ਸੀਗੀ ਉਹ ਹੋਈ ਸੀਗੀ 1971 ਦੇ ਵਿੱਚ ਭਾਰਤ-ਪਾਕਿਸਤਾਨ ਜਦੋਂ ਦੇ ਸਮੇਂ ਨੰਬਰ ਦਨਤੇ ਗੱਲ ਕਰਦੇ ਆਂਗੇ ਤੀਜੀ ਐਮਰਜੈਂਸੀ ਜਿਹੜੀ ਕਿ 1975 ਦੇ ਵਿੱਚ ਇੰਦਰਾ ਗਾਂਧੀ ਦੇ ਕਹਿਣ ਤੇ ਰਾਸ਼ਟਰਪਤੀ ਨੇ ਅੰਦਰੂਨੀ ਸ਼ਾਂਤੀ ਦੇ ਲਈ ਲਗਾਈ ਸੀ ਅਗਲਾ ਪ੍ਰਸ਼ਨ ਰਾਸ਼ਟਰਪਤੀ ਸ਼ਾਸਨ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਦੇ ਅੰਦਰ ਆਉਂਦਾ ਹੈ ਤਰਾਸ਼ਟਰਪਤੀ ਜਿਹੜਾ ਸਸਨਾਗਾ ਉਹ ਭਾਰਤੀ ਸੰਵਿਧਾਨ ਦੇ ਆਰਟੀਕਲ ਨੰਬਰ 352 ਦੇ ਅੰਦਰ ਆਉਂਦਾ ਹੈ। ਭਾਰਤ ਦਾ ਨਿਰਵਿਰੋਧ ਚੁਣਿਆ ਗਿਆ ਰਾਸ਼ਟਰਪਤੀ ਕੌਣ ਹੈ? ਤਾਂ ਭਾਰਤ ਦਾ ਨਿਰਵਿਰੋਧ ਚੁਣਿਆ ਗਿਆ ਰਾਸ਼ਟਰਪਤੀ ਡਾਕਟਰ ਐਨ ਸੰਜੀਵ ਰੈਡੀ ਜਿਨ੍ਹਾਂ ਨੂੰ ਕੀ ਕਿਸੇ ਵਿਰੋਧ ਤੋਂ ਬਿਨਾਂ ਹੀ ਚੁਣਿਆ ਗਿਆ ਸੀ। ਡਾਕਟਰ ਐਨ ਸੰਜੀਵ ਰੈਡੀ ਭਾਰਤ ਦੇ ਕਿੰਨੇਵੇਂ ਰਾਸ਼ਟਰਪਤੀ ਸਨ? ਤਿਹਦਾ ਆਨਸਰ ਹੈ ਕਿ 6ਵੇਂ ਰਾਸ਼ਟਰਪਤੀ ਸੀਗੇ ਡਾਕਟਰ ਐਨ ਸੰਜੀਵ ਰੈਡੀ ਜਿਨ੍ਹਾਂ ਦਾ ਕਾਰਜਕਾਲ 1970 ਤੋਂ ਲੈ ਕੇ 1982 ਤੱਕ ਰਿਹਾ ਅਗਲਾ ਪ੍ਰਸ਼ਨ ਜੇਕਰ ਸੰਵਿਧਾਨਕ ਪ੍ਰਣਾਲੀ ਅਸਫਲ ਹੋ ਜਾਵੇ ਤਾਂ ਕਿਸ ਆਰਟੀਕਲ ਅਨੁਸਾਰ ਰਾਸ਼ਟਰਪਤੀ ਸ਼ਾਸਨ ਜਿਹੜਾ ਉਹ ਲਾਗੂ ਹੁੰਦਾ ਹੈ ਤਿਹਦਾ ਆਨਸਰ ਹੈਗਾ ਵੀ ਆਰਟੀਕਲ ਨੰਬਰ 356 ਦੇ ਅਨੁਸਾਰ ਆ ਜਿਹੜਾ ਰਾਸ਼ਟਰਪਤੀ ਸ਼ਾਸਨ ਆ ਗਿਆ ਉਹ ਲਾਗੂ ਹੋ ਜਾਂਦਾ ਵਾ ਜੇਕਰ ਸੰਵਿਧਾਨਕ ਪ੍ਰਣਾਲੀ ਆ ਜਿਹੜੀ ਉਹ ਅਸਫਲ ਹੋ ਜਾਵੇ ਅੰਦਰੂਨੀ ਅਸਾਂਤੀ ਦੇ ਲਈ ਦੇਸ਼ ਵਿੱਚ ਕਦੋਂ ਰਾਸ਼ਟਰੀ ਐਮਰਜੈਂਸੀ ਲੱਗੀ ਸੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ 1975 ਦੇ ਵਿੱਚ ਜਿਹੜੀ ਕਿ ਇੰਦਰਾ ਗਾਂਧੀ ਨੇ ਲਗਵਾਈ ਸੀ ਜੇਕਰ ਰਾਸ਼ਟਰਪਤੀ ਅਹੁਦੇ ਦੇ ਲਈ ਕੋਈ ਵਿਵਾਦ ਹੁੰਦਾ ਹੈ ਤਾਂ ਉਸ ਨੂੰ ਕੌਣ ਠੀਕ ਕਰ ਸਕਦਾ ਹੈ ਤਾਂ ਰਾਸ਼ਟਰਪਤੀ ਅਹੁਦੇ ਦੇ ਲਈ ਜੇਕਰ ਕੋਈ ਵਿਵਾਦ ਹੁੰਦਾ ਤਾਂ ਉਸ ਨੂੰ ਜਿਹੜਾ ਸਪਰੀਮ ਕੋਰਟ ਹੈਗਾ ਉਹ ਠੀਕ ਕਰਦਾ ਹੈ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦਾ ਹੈ ਤੇ ਇਸ ਦਾ ਆਨਸਰ ਹੈ ਉਪਰਾਸ਼ਟਰਪਤੀ ਨੂੰ ਉਪਰਾਸ਼ਟਰਪਤੀ ਨੂੰ ਜਿਹੜਾ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਦਿੰਦਾ ਹੈ ਅਗਲਾ ਪ੍ਰਸ਼ਨ ਰਾਸ਼ਟਰਪਤੀ ਦੀ ਚੋਣ ਨੂੰ ਕੌਣ ਕਰਵਾਉਂਦਾ ਹੈ ਤੇ ਇਸ ਦਾ ਜਵਾਬ ਹੈ ਕਿ ਚੋਣ ਕਮਿਸ਼ਨ ਜਿਹੜਾ ਉਹ ਰਾਸ਼ਟਰਪਤੀ ਦੀ ਚੋਣ ਨੂੰ ਕਰਵਾਉਂਦਾ ਹੈ ਅੱਗੇ ਪ੍ਰਸ਼ਨ ਇਹ ਬਣਦਾ ਹੈ ਕਿ ਵਰਤਮਾਨ ਸਮੇਂ ਵਿੱਚ ਚੋਣ ਅਯੋਗ ਦਾ ਮੁਖੀ ਕੌਣ ਹੈ ਤਾਂ ਵਰਤਮਾਨ ਸਮੇਂ ਵਿੱਚ ਚੋਣ ਅਯੋਗ ਦਾ ਮੁਖੀ ਸੁਨੀਲ ਅਰੋੜਾ ਹੈ ਜਿਹੜੇ ਕਿ 23ਵੇਂ ਚੋਣ ਅਯੋਗ ਦੇ ਮੁਖੀ ਹਨ ਰਾਸ਼ਟਰਪਤੀ ਨੂੰ ਪਦ ਤੋਂ ਹਟਾਉਣ ਦੀ ਵਿਧੀ ਮਹਾਵਿਯੋਗ ਨੂੰ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ ਤੇ ਇਸ ਦਾ ਜਿਹੜਾ ਜਵਾਬ ਆ ਉਹ ਇਹ ਹੋਵੇਗਾ ਕਿ ਅਮਰੀਕਾ ਯੂਐਸਏ ਯਾਨੀ ਕਿ ਅਮਰੀਕਾ ਤੋਂ ਜਿਹੜਾ ਮਹਾਵਿਯੋਗ ਜਿਹੜੀ ਵਿਧੀ ਹੈਗੀ ਉਸ ਨੂੰ ਲਿਆ ਗਿਆ ਹੈ ਜਿਸ ਰਾਹੀਂ ਰਾਸ਼ਟਰਪਤੀ ਨੂੰ ਪਦ ਤੋਂ ਹਟਾਇਆ ਜਾ ਸਕਦਾ ਹੈ ਅਗਲਾ ਪ੍ਰਸ਼ਨ ਰਾਸ਼ਟਰਪਤੀ ਦੇ ਸੇਵਾ ਮੁਕਤ ਹੋਣ ਦੀ ਉਮਰ ਹੱਦ ਕਿੰਨੀ ਹੁੰਦੀ ਹੈ ਇੱਥੇ ਗਲਤੀ ਦੇ ਨਾਲ ਹੋਣੀ ਚਾਹੀਦੀ ਹੈ ਲਿਖਿਆ ਗਿਆ ਅਸਲ ਵਿੱਚ ਇੱਥੇ ਇਹ ਹੈ ਵੀ ਕਿੰਨੀ ਹੁੰਦੀ ਹੈ ਤਾਂ ਭਾਰਤ ਦੇ ਵਿੱਚ ਕੋਈ ਵੀ ਉਮਰ ਹੱਦ ਨਹੀਂ ਹੁੰਦੀ ਰਾਸ਼ਟਰਪਤੀ ਦੀ ਅਗਲਾ ਪ੍ਰਸ਼ਨ ਸੰਸਦ ਦੇ ਦੋਨਾਂ ਸਦਨਾਂ ਦੀ ਸੰਯੁਕਤ ਬੈਠਕ ਕੌਣ ਬੁਲਾ ਸਕਦਾ ਹੈ? ਤਾਂ ਉਹ ਬੁਲਾ ਸਕਦਾ ਵਾ ਜੀ ਰਾਸ਼ਟਰਪਤੀ। ਅਗਲਾ ਪ੍ਰਸ਼ਨ ਲੋਕ ਸਭਾ ਵਿੱਚ ਰਾਸ਼ਟਰਪਤੀ ਦੁਆਰਾ ਕਿੰਨੇ ਮੈਂਬਰਾਂ ਨੂੰ ਲੋਕ ਸਭਾ ਦੇ ਮੈਂਬਰ ਬਣਾਇਆ ਜਾਂਦਾ ਹੈ? ਤਾਂ ਇਸ ਦਾ ਜਵਾਬ ਹੈ ਕਿ 2 ਮੈਂਬਰਾਂ ਨੂੰ ਰਾਸ਼ਟਰਪਤੀ ਦੁਆਰਾ ਲੋਕ ਸਭਾ ਦੇ ਮੈਂਬਰ ਬਣਾਇਆ ਜਾਂਦਾ ਹੈ। ਤੇ ਜੇਕਰ ਰਾਜ ਸਭਾ ਦੀ ਗੱਲ ਕਰੀਏ ਤਾਂ ਰਾਜ ਸਭਾ ਦੇ ਵਿੱਚ ਜਿਹੜੇ 12 ਮੈਂਬਰ ਰਾਸ਼ਟਰਪਤੀ ਦੁਆਰਾ ਬਣਾਏ ਜਾਂਦੇ ਹਨ ਕੌਲਮ ਲਾ ਕੇ ਰਾਸ਼ਟਰਪਤੀ ਦੋਨਾਂ ਸਦਨਾਂ ਦੇ ਵਿੱਚ 14 ਮੈਂਬਰਾਂ ਨੂੰ ਨਿਯੁਕਤ ਕਰਦਾ ਹੈ। ਅਗਲਾ ਪ੍ਰਸ਼ਨ ਕਿਸੇ ਵੀ ਅਪਰਾਧੀ ਦੀ ਮੌਤ ਦੀ ਸਜ਼ਾ ਨੂੰ ਕੌਣ ਮਾਫ਼ ਕਰ ਸਕਦਾ ਹੈ? ਤੋ ਕਰ ਸਕਦਾ ਹੈ ਜੀ ਰਾਸ਼ਟਰਪਤੀ। ਜੇਕਰ ਕਿਸੇ ਵਿਅਕਤੀ ਨੂੰ ਜਾਂ ਕਿਸੇ ਅਪਰਾਧੀ ਨੂੰ ਮੌਤ ਦੀ ਸਜ਼ਾ ਹੋਈ ਹੁੰਦੀ ਹੈ ਤਾਂ ਉਸ ਨੂੰ ਜਿਹੜੀ ਮਾਫੀ ਆ ਗਈ ਉਹ ਰਾਸ਼ਟਰਪਤੀ ਦੇ ਦੁਆਰਾ ਹੀ ਦਿੱਤੀ ਜਾ ਸਕਦੀ ਹੈ। ਭਾਰਤ ਵਿੱਚ ਕਿੰਨੀ ਵਾਰ ਰਾਸ਼ਟਰੀ ਵਿੱਤੀ ਐਮਰਜੈਂਸੀ ਲੱਗੀ ਹੈ? ਤਾਂ ਇਸ ਦਾ ਜਿਹੜਾ ਜਵਾਬ ਇਹ ਹੈ ਵੀ ਕਦੇ ਵੀ ਨਹੀਂ ਭਾਰਤ ਦੇ ਵਿੱਚ ਕਦੇ ਵੀ ਜਿਹੜੀ ਵਿੱਤੀ ਐਮਰਜੈਂਸੀ ਆ ਉਹ ਨਹੀਂ ਲੱਗੀ ਭਾਰਤ ਦਾ ਰਾਸ਼ਟਰਪਤੀ ਕਿਸ ਦਾ ਅਨਿੱਖੜਵਾ ਅੰਗ ਹੈ ਤਾਂ ਉਹ ਹੈ ਜੀ ਸੰਸਦ ਦਾ ਭਾਰਤ ਦਾ ਜਿਹੜਾ ਰਾਸ਼ਟਰਪਤੀ ਆ ਉਹ ਸੰਸਦ ਦਾ ਅਨਿੱਖੜਵਾ ਅੰਗ ਹੈ ਇਹ ਸੀਗੀ ਜੀ ਅੱਜ ਦੀ ਜਾਣਕਾਰੀ ਜਿਹੜੀ ਕਿ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਸੀ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੇਕਰ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਜੀ ਐਦਾਂ ਦੀਆਂ ਹੀ ਐਜੂਕੇਸ਼ਨਲ ਵੀਡੀਓ ਦੇਖਣ ਦੇ ਲਈ ਤੁਸੀਂ ਐਗਜ਼ਾਮ ਸਟੱਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ